ਚਲੋ ਜੀ ਅੱਜ ਆਪਾਂ ਆ ਗਏ ਆ ਫੋਰਟ ਰਿਚਮੰਡ। ਇਹ ਯੂਨੀਵਰਸਿਟੀ ਦੇ ਕੋਲ ਹੀ ਆ, 5 ਮਿੰਟ ਇੱਥੇ ਰਸਤਾ ਯੂਨੀਵਰਸਿਟੀ ਮੈਨੀਟੋਬਾ ਦਾ। ਅਤੇ ਆਪਾਂ ਇੱਧਰ ਨੂੰ ਚੱਲ ਕੇ ਦੇਖਦੇ ਹਾਂ ਕਿ ਇਸ ਏਰੀ ਦਾ ਹਿਸਾਬ ਆ। ਇਹ ਵੀ ਕਾਫੀ ਪੁਰਾਣਾ ਆ, ਇਹ ਘਰ ਜਿਹੜੇ ਆ 1960-1970 ਦੇ ਬਣੇ ਆ, ਅਤੇ ਕਈ ਵਿੱਚ ਹੋਰ ਪੁਰਾਣੇ ਵੀ ਹੈਗੇ ਆ। ਅਤੇ ਜਿੱਦਾਂ ਘਰ ਵਾ, ਇਹਨਾਂ ਵਿੱਚ ਕਾਫੀ ਲੋਕਾਂ ਨੇ ਬੇਸਮੈਂਟਾਂ ਦਿੱਤੀਆਂ ਰੈਂਟ 'ਤੇ, ਅਤੇ ਜਾਂ ਫਿਰ ਜਿਹੜੇ ਪੂਰੇ ਘਰ ਰੈਂਟ ਦਿੱਤੇ ਵਾ। ਇਹਨਾਂ ਘਰਾਂ ਦੀ ਕੀਮਤ ਹੈਗੀ ਆ 3-3.5, ਕਈ ਵਾਰੀ ਜ਼ਿਆਦਾ ਵੀ 4.25 ਦੇ ਵੀ ਵਿੱਚ ਹੈਗੇ ਆ, ਲੋਕ ਲਾ ਦਿੰਦੇ ਆ। ਪਰ ਘਰ ਸੋਹਣੇ ਆ ਇਹ, ਅਤੇ ਥੋੜ੍ਹੇ ਜਿਹੇ ਪੁਰਾਣੇ ਆ, ਜਿੱਦਾਂ 1960-70 ਦੇ, ਅਤੇ ਵਿੱਚ ਵਿੱਚ ਪੁਰਾਣੇ ਵੀ ਹੈਗੇ ਕਾਫੀ। ਰਾਤ ਦੇ 7:30, ਸ਼ਾਮ ਦੇ 7:30 ਹੋ ਗਏ ਆ, ਅਤੇ ਦਿਨ ਵਾ ਹਾਲੇ। ਇਹ ਕਰਕੇ ਟਾਈਮ ਚੇਂਜ ਹੋ ਗਿਆ ਸੀਗਾ ਪਿਛਲੇ ਮਹੀਨੇ, ਐਕਚੁਅਲੀ ਇਸ ਮਹੀਨੇ, ਅਤੇ ਆਪਾਂ ਘੜੀਆਂ 1 ਘੰਟਾ ਪਿੱਛੇ ਕਰ ਲਈਆਂ, ਸੋ ਸਾਡੇ ਕੋਲ 1 ਘੰਟਾ ਲੂਜ਼ ਹੋ ਗਿਆ। ਅਗੇਨ ਮਾਰਚ ਦਾ ਮਹੀਨਾ ਆ, ਸਨੋ ਪਿਘਲ ਰਹੀ ਹੁਣ ਤਾਂ, ਅਗਲੇ ਹਫ਼ਤੇ 10 ਡਿਗਰੀ ਹੋਏ ਨਾ, ਅੱਜ -1-2 ਸੀਗਾ। ਜਦੋਂ ਧੁੱਪ ਪੈਂਦੀ ਆ ਫਿਰ ਸਨੋ, ਅਤੇ ਫਿਰ ਉਹਦਾ ਟੈਂਪਰੇਚਰ ਜ਼ਿਆਦਾ ਹੋ ਜਾਂਦਾ, ਫਿਰ ਪਿਘਲ ਜਾਂਦੀ ਆ ਉੱਪਰਲੀ ਉੱਪਰਲੀ ਸਨੋ। ਹਾਲੇ ਦਰਖਤ ਦੇ ਪੱਤੇ ਵੀ ਨਹੀਂ ਆਏ ਕਰਕੇ ਠੰਡ ਵਾ ਹਾਲੇ। ਅਗੇਨ ਆਪਾਂ ਹੁਣ ਬਣਾ ਰਹੇ ਹਾਂ, ਵੀ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਇਸ ਮੌਸਮ 'ਚ ਕਿੱਦਾਂ ਦਾ ਹੁੰਦਾ, ਅਤੇ ਆਪਾਂ ਸਮਰ 'ਚ ਵੀ ਬਣਾਉਂਗੇ। ਸਮਰ 'ਚ ਕਾਫੀ ਇੱਥੇ ਪੱਤੇ ਪੁੱਤੇ ਆ ਜਾਂਦੇ, ਦਰਖਤਾਂ ਨੂੰ ਘਾਹ ਹਰਾ ਹੋ ਜਾਂਦਾ ਆ, ਫਿਰ ਵਧੀਆ ਲੱਗਦੀ ਸੀਨਰੀ ਜੀ। ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਵੀ ਯੂਨੀਵਰਸਿਟੀ ਨੂੰ ਰਸਤਾ ਕਿਹੜਾ ਜਾਂਦਾ, ਯੂਨੀਵਰਸਿਟੀ ਮੈਨੀਟੋਬਾ ਨੂੰ। ਹਲੇ ਵੀ ਕਾਫੀ ਕਰੋਨਾ ਵਾਇਰਸ ਦਾ ਫੈਲਿਆ ਡਰ, ਤੇ ਲੋਕੀ ਬਾਹਰ ਘੱਟੇ ਆ ਘੁੰਮ ਰਹੇ। ਸਿਲਵਰ ਸਟੋਨ, ਤੇ ਜਿਹੜੀ ਇਹ ਸੜਕ ਵਾ ਆਪਾਂ ਲੈਫਟ ਰਾਈਟ ਲੈ ਲੈਣੀ ਆ, ਤੇ ਇੱਧਰ ਹੈਗਾ ਆ ਯੂਨੀਵਰਸਿਟੀ ਮੈਨੀਟੋਬਾ ਨੂੰ ਰਸਤਾ ਆ ਜਾਂਦਾ। ਆਹ ਜਿਹੜੇ ਘਰ ਵਾ ਇਹ ਥੋੜ੍ਹੇ ਪੁਰਾਣੇ ਆ, ਜਿੱਦਾਂ
ਜ਼ਿਆਦਾ ਹੀ ਪੁਰਾਣੇ ਕਾਫੀ, ਜਿੱਦਾਂ 1930 ਦੇ, 1940 ਦੇ, 1950 ਦੇ ਵੀ ਬਣੇ ਹੋ ਆ, ਪਰ ਤੋਂ ਵਿੱਚ ਵਿੱਚ ਜਿਹੜੇ ਹੈਗੇ ਲੋਕਾਂ ਨੇ ਰੀਕੰਸਟਰਕਟ ਕੀਤੇ ਹੋ ਆ, ਅਤੇ ਉਹ ਥੋੜ੍ਹੇ ਨਵੇਂ ਵੀ ਹੈਗੇ ਆ। ਇਹ ਘਰਾਂ ਦੀਆਂ ਸ਼ੇਪਾਂ ਵੀ ਡਿਫਰੈਂਟ ਵਾ ਜਿਹੜੇ ਨਵੇਂ ਘਰ ਬਣਦੇ ਉਹਨਾਂ ਨਾਲ, ਅਤੇ ਪਰ ਓਵਰਆਲ ਇੱਕੋ ਇੱਕ ਸਟਰਕਚਰ ਹੁੰਦਾ, ਜਿੱਦਾਂ ਢਾਲਵੀਆਂ ਛੱਤਾਂ ਆ। ਅੱਜ ਸੈਟਰਡੇ ਆ, ਐਕਚੁਲੀ ਸੰਡੇ ਆ ਅੱਜ, ਅਤੇ ਉਹ ਦੇਖ ਸਕਦੇ ਸੀ ਜਿੱਦਾਂ 7:30 ਹੋ ਗਏ ਆ, 0 ਡਿਗਰੀ ਟੈਂਪਰੇਚਰ ਬਾਹਰ। ਯੂਨੀਵਰਸਿਟੀ ਐਤਕੀ ਇਸ ਟਾਈਮ 'ਤੇ ਬੰਦ ਕੀਤੀ ਵਾ ਕਰੋਨਾ ਵਾਇਰਸ ਕਰਕੇ, ਪਰ ਅਜੇ ਲੋਕ ਆ ਨਹੀਂ ਜਾਂਦੇ ਆ, ਇੱਥੇ ਦੇ ਰੈਜੀਡੈਂਟ ਹੋਣੇ ਆ। ਸਟੋਰ ਸਟਾਰ ਵੈਸੇ ਖੁੱਲ੍ਹੇ ਹੋ ਆ, ਪਰ ਉਹਨਾਂ ਦੇ ਆਵਰ ਜਿਹੜੇ ਛੋਟੇ ਕਰਦੇ ਆ, ਜਿੱਦਾਂ 8 ਤੋਂ 8, ਪਹਿਲਾਂ 11 ਵਜੇ ਤੱਕ ਖੁੱਲ੍ਹੇ ਰਹਿੰਦੇ ਸੀ, ਪਰ ਹੁਣ ਛੇਤੀ ਬੰਦ ਕਰ ਦਿੰਦੇ ਆ, ਕਰਕੇ ਲੋਕ ਸ਼ੋਪਿੰਗ ਘੱਟ ਕਰਦੇ ਆ। ਅਤੇ ਆਹ ਹੈਗੀ ਆ ਕਿੰਗ ਸਟਰੀਟ, ਆਪਾਂ ਇੱਧਰ ਲੈਫਟ ਲੈ ਲੈਂਦੇ ਹਾਂ, ਫਿਰ ਤੁਹਾਨੂੰ ਦਿਖਾ ਦਿੰਦੇ ਹਾਂ ਯੂਨੀਵਰਸਿਟੀ ਇੱਥੇ ਆ ਗਈ ਹੈ।